ਇਹ ਕੂੜੇ ਦਾ ਡੰਪ, ਇਹ ਗੰਦਾ ਪਾਣੀ, ਇਹਦਾ ਇਹਨੂੰ ਠੀਕ ਕਰਨ ਦਾ ਜ਼ਿੰਮਾ ਕਿਹਦਾ ਸੀ? ਕਾਰਪੋਰੇਸ਼ਨ ਜਲੰਧਰ ਦਾ। ਕਾਰਪੋਰੇਸ਼ਨ ਕਿਹਦੇ ਕੋਲ ਹੈ? ਪਿਛਲੇ ਕਈ ਸਾਲਾਂ ਤੋਂ ਕਾਂਗਰਸ ਕੋਲ। ਅਤੇ ਕਾਂਗਰਸ ਦੀ ਜਿਹੜੀ ਬੀਬੀ ਜੀ ਲੜ ਰਹੇ ਨੇ ਉਹ ਡਿਪਟੀ ਮੇਅਰ ਨੇ। ਯਾਰ ਮੈਨੂੰ ਸਮਝ ਨਹੀਂ ਆਉਂਦੀ, ਉਹ ਇੱਕ ਵਾਰਡ ਦਾ ਇੱਕ ਸੀਵਰੇਜ ਦਾ ਢੱਕਣ ਨਹੀਂ ਬਦਲ ਸਕੀ, ਹੋਰ ਕੀ ਬਦਲਾ ਲਿਆਊਗੀ ਉਹ? ਹੋਰ ਕੀ ਉਮੀਦ ਕਰ ਲਓਗੇ ਤੁਸੀਂ ਉਹ ਤੋਂ? ਸੋ ਵੀਰੋ, ਕਾਂਗਰਸ ਨੂੰ ਵੋਟ ਪਾ ਕੇ ਵੋਟ ਨਾ ਖਰਾਬ ਕਰ ਲਿਓ, ਕਿਉਂਕਿ ਕਾਂਗਰਸ ਦੇ ਜਿੱਤਣ ਨਾਲ ਵੀ ਸਰਕਾਰ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ, ਪਰ ਆਮ ਆਦਮੀ ਪਾਰਟੀ ਦੇ ਜਿੱਤਣ ਨਾਲ ਤੁਹਾਡਾ ਸਰਕਾਰ 'ਚ ਹਿੱਸਾ ਪੈ ਜਾਊਗਾ, ਯੋਗਦਾਨ ਪੈ ਜਾਊਗਾ। ਜਿਹੜੀਆਂ ਗੱਲਾਂ ਤੁਸੀਂ ਕਹੋਗੇ, ਜੋ ਵੀ ਸਾਡੇ ਲੀਡਰ ਸਾਨੂੰ ਦੱਸਣਗੇ, ਇੱਥੇ ਗਰਾਊਂਡ ਬਣਾਉਣਾ, ਇੱਥੇ ਆਪਾਂ ਨੇ ਲਾਈਟਾਂ ਲਾਉਣੀਆਂ ਨੇ, ਬਣਨਗੇ ਸ਼ਾਨਦਾਰ ਸਕੂਲ, ਬਣਨਗੇ ਆਮ ਆਦਮੀ ਕਲੀਨਿਕ, ਬਣਨਗੇ ਬਿਜਲੀ, ਆਪਾਂ ਨੇ ਪਹਿਲਾਂ ਹੀ ਫ੍ਰੀ ਕਰ ਰੱਖੀ ਹੈ। ਬਈ ਸਰਕਾਰ ਹੈ, ਸਰਕਾਰ ਲੋਕਾਂ ਤੋਂ ਟੈਕਸ ਲੈਂਦੀ ਹੈ, ਅਤੇ ਸਰਕਾਰ ਦਾ ਫਰਜ਼ ਹੈ ਕਿ ਲੋਕਾਂ ਦੇ ਟੈਕਸ ਨੂੰ ਵਾਪਸ ਬਿਜਲੀ ਦੇ ਰੂਪ 'ਚ, ਸਕੂਲਾਂ ਦੇ ਰੂਪ 'ਚ, ਹਸਪਤਾਲ ਦੇ ਰੂਪ 'ਚ ਵਾਪਸ ਦੇਵੇ ਲੋਕਾਂ ਨੂੰ। ਇਦੋਂ ਪਹਿਲਾਂ ਵਾਲੇ ਜਿਹੜੇ ਆਏ ਉਹਨਾਂ ਨੇ ਵਾਰੀਆਂ ਬੰਨੀਆਂ ਸੀ, ਵਾਰੀਆਂ ਪੰਜ ਪੰਜ ਸਾਲ ਦੀਆਂ, ਪੰਜ ਸਾਲ ਤੂੰ, ਪੰਜ ਸਾਲ ਮੈਂ ਆ ਗਿਆ, ਮੈਂ ਤੈਨੂੰ ਕੁਛ ਨਹੀਂ ਕਹਿੰਦਾ, ਜੇ ਤੂੰ ਆ ਗਿਆ ਤੂੰ ਮੈਨੂੰ ਕੁਛ ਨਾ ਕਹੀਂ। ਬੜਾ ਵਧੀਆ ਕੰਮ ਚੱਲੀ ਜਾਂਦਾ ਸੀ ਉਹਨਾਂ ਦਾ, ਉਹਨਾਂ ਨੂੰ ਪਤਾ ਸੀ ਵੀ ਹੋਰ ਕਿਤੇ ਜਾ ਨਹੀਂ ਸਕਦੇ, ਲੋਕਾਂ ਦੀ ਮਜਬੂਰੀ ਹੈ, ਜਾਂ ਤੂੰ ਜਾਂ ਮੈਂ। ਪਰ ਉਹਨਾਂ ਨੂੰ ਇਹ ਪਤਾ ਨਹੀਂ ਸੀ ਕਿ ਕੇਜਰੀਵਾਲ ਇੱਕ ਪਾਰਟੀ ਬਣਾਊਗਾ ਜਿਹਦਾ ਚੋਣ ਨਿਸ਼ਾਨ ਝਾੜੂ ਹੋਊਗਾ, ਉਹ ਝਾੜੂ ਨਾਲ ਸਾਫ਼ ਕਰੂ ਸਾਰਿਆਂ ਨੂੰ। ਸੋ ਵੀਰੋ, ਇਹ ਤੁਹਾਡਾ ਪਿਆਰ ਹੈ। 9:30 ਕੋਈ ਮੁੱਖ ਮੰਤਰੀ ਗਲੀਆਂ 'ਚ ਫਿਰਦਾ ਦੇਖਿਆ? ਉਹ ਜਿਹੜੇ ਹੈ ਵੀ ਨਹੀਂ, ਉਹ ਟੈਂਪਰੇਚਰ ਪੁੱਛ ਕੇ ਬਾਹਰ ਜਾਂਦੇ ਆ, ਅਫਸਰਾਂ ਨੂੰ ਪੁੱਛਦੇ। ਕੁਛ ਅਫਸਰ ਸਾਡੇ ਵੀ, ਕਿਉਂਕਿ ਲੱਗੇ ਹੋਏ ਉਹਨਾਂ ਨਾਲ, ਡਿਊਟੀ ਲੱਗੀ ਹੋਈ ਹੈ, ਉਹ ਉਹਨਾਂ ਨੇ ਦੱਸਿਆ, ਕਹਿੰਦੇ ਅੰਗਰੇਜ਼ੀ 'ਚ ਪੁੱਛਦੇ ਆ, ਹਾਓ ਮੱਚ ਇਜ਼ ਦਾ ਟੈਂਪਰੇਚਰ? ਕਹਿੰਦੇ ਅਸੀਂ ਕਹਿੰਦੇ ਹਾਂ ਜੀ 42 ਡਿਗਰੀ। ਓ ਨੋ, ਇਟਸ ਟੂ ਹੋਟ, ਟੂ ਹੋਟ। ਜਦੋਂ 30 ਡਿਗਰੀ ਹੋਇਆ ਦੱਸਿਓ, 30 ਡਿਗਰੀ ਹੋਇਆ ਦੱਸਿਓ, ਪੰਜਾਬ ਬਚਾਵਾਂਗੇ ਘੰਟਾ ਕੁ। ਇੱਕ ਘੰਟਾ ਪੰਜਾਬ ਬਚਾਉਣ ਵਾਸਤੇ ਲਾਉਂਦੇ ਉਹ, ਪੰਜਾਬ ਬਚਾਉਣ ਵਾਲੇ ਅੱਜ ਪਾਰਟੀ ਬਚਾਉਣ ਦੇ ਚੱਕਰਾਂ 'ਚ ਪਏ ਪਏ ਨੇ। ਉਹ ਕਮਾਲ ਦੇਖੋ ਲੋਕੋ, ਉਹ 25 ਸਾਲ ਰਾਜ ਕਰਾਂਗੇ ਕਹਿਣ ਵਾਲੇ, ਉਹ ਕੁਦਰਤ ਨੇ ਐਸੀ ਚੱਕੀ ਚਲਾਈ, ਕਿਉਂਕਿ ਉਹਦੀ ਚੱਕੀ ਚੱਲਦੀ ਥੋੜ੍ਹੀ ਜਿਹੀ ਹੌਲੀ ਹੈ ਪਰ ਪੀਂਦੀ ਬਹੁਤ ਬਰੀਕ ਹੈ, ਉਹਨੇ ਐਸੀ ਚੱਕੀ ਚਲਾਈ ਹੈ ਕਿ ਤੱਕੜੀ ਦੀਆਂ ਰੱਸੀਆਂ ਟੁੱਟ ਗਈਆਂ, ਸੁਖਬੀਰ ਬਾਦਲ ਹਾਥੀ 'ਤੇ ਚੜਿਆ ਫਿਰਦਾ। ਤੱਕੜੀ ਕਿਸੇ ਹੋਰ ਕੋਲ ਆ, ਸੁਖਬੀਰ ਬਾਦਲ ਬਸਪਾ ਦੀ ਸਪੋਰਟ ਕਰ ਰਿਹਾ। ਦੇਖੋ 25 ਸਾਲ ਵਾਲੇ ਕਿਵੇਂ ਖੇਡੇ ਪਏ ਆ, 25 ਬੰਦੇ ਨਹੀਂ ਹੈਗੇ ਹੁਣ ਨਾਲ, ਇਹ ਕੁਦਰਤ ਹੈ। ਨਾ ਕਸੁੰਨ ਮਾਰਦਾ, ਨਾ ਲੱਤ ਮਾਰਦਾ, ਰੱਬ ਜਦੋਂ ਮਾਰਦਾ ਮੱਤ ਮਾਰਦਾ, ਮੱਤ ਵੱਜੀ ਇਹਨਾਂ ਦੀ। ਇੰਨੀ ਭਾਰੀ ਗਿਣਤੀ ਤੁਸੀਂ ਇਕੱਠੇ ਹੋਏ ਹੋ, ਮੈਨੂੰ ਤਾਂ ਇਸੇ ਗੱਲ ਦੀ ਖੁਸ਼ੀ ਹੈ। 9:30 ਤੁਸੀਂ ਇੱਥੇ ਇਨ ਪਰਿਵਾਰਾਂ ਸਮੇਤ ਬੈਠੇ ਹੋ, ਕਮਾਲ ਹੈ। ਇਹ ਕੁਦਰਤ ਦਾ ਕੋਈ ਕ੍ਰਿਸ਼ਮਾ ਹੀ ਹੈ, ਕੋਈ ਮੇਰੇ ਪੁਰਾਣੇ ਜਨਮ ਦੇ ਪੁੰਨ ਨਹੀਂ ਹੋਣਗੇ? ਇੰਨਾ ਪਿਆਰ, ਮੇਰੀ ਪੱਗ ਭਰ ਜਾਂਦੀ ਹੈ ਫੁੱਲਾਂ ਨਾਲ, ਗੱਡੀ ਭਰ ਜਾਂਦੀ ਹੈ, ਕਿੱਥੇ ਤਾਂ ਪਿਆਰ ਹੈ। ਮਾਮਾ ਸਿਰ ਪੜੋਸਦੀਆਂ ਨੇ, ਪੁੱਤ ਜਿਉਂਦਾ ਰਹਿ, ਤੂੰ ਹੀ ਜਿੱਤੇਗਾ, ਆਪਾਂ ਜਿੱਤਾਂਗੇ, ਐਂ ਕਹਿੰਦੇ ਨੇ। ਨੌਜਵਾਨ ਮੁੰਡੇ ਮੋਢੇ 'ਤੇ ਹੱਥ ਧਰ ਕੇ ਸੈਲਫੀਆਂ ਕਰਾਉਂਦੇ ਆ, ਅਤੇ ਦੂਜੇ ਪਾਸੇ ਕਾਂਗਰਸੀ ਹੈ, ਅਕਾਲੀ ਹੈ, BJP ਵਾਲੇ ਹੈ, ਉਹਨਾਂ ਨਾਲ ਇੱਕ ਵਾਰੀ ਹੱਥ ਮਿਲਾ ਕੇ ਬਾਅਦ 'ਚ ਉਂਗਲੀਆਂ ਗਿਣਨੀਆਂ ਪੈਂਦੀਆਂ ਨੇ, ਪੂਰੀਆਂ ਨੇ ਜਾਂ ਲੈ ਗਏ ਕਦੀ, ਲਿਜਾ ਵੀ ਸਕਦੇ ਆ ਭਾਈ ਉਹ, ਬਚਿਓ ਬਚਿਓ, ਨਾ ਹੀ ਮਿਲਾਇਓ ਹੱਥ, ਲਿਜਾ ਵੀ ਸਕਦੇ ਆ ਉਹ।
ਉਹਨਾਂ ਨੇ ਹੁਣ ਤੱਕ ਕੀਤਾ ਕੀ? ਆਪਦੇ ਪਰਿਵਾਰਾਂ ਨੂੰ, ਸਭ ਕੁਛ ਆਪਦੇ ਪਰਿਵਾਰਾਂ ਨੂੰ, ਆਪਦੇ ਪੁੱਤ ਭਤੀਜੇ ਸਾਲੇ ਜੀਜੇ, ਬਸ ਇੱਦੂ ਅੱਗੇ ਵਧੇ ਹੀ ਨਹੀਂ। ਸਾਡੇ ਧੀਆਂ ਪੁੱਤ ਕਿਉਂ ਨਹੀਂ ਚੇਅਰਮੈਨ ਦੀਆਂ ਕੁਰਸੀਆਂ 'ਤੇ ਬੈਠ ਸਕਦੇ? ਸਾਨੂੰ ਬਹਿਣਾ ਨਹੀਂ ਆਉਂਦਾ? ਇਹ ਗੱਲ ਮੈਂ ਕਹਿੰਦਾ ਰਿਹਾ। ਅਤੇ ਅੱਜ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਆਮ ਘਰਾਂ ਦੇ ਧੀਆਂ ਪੁੱਤ ਚੇਅਰਮੈਨ ਬਣਾਏ ਹੋਏ ਆਮ ਆਦਮੀ ਪਾਰਟੀ ਨੇ। ਬੜੇ ਬੜੇ ਕਮਿਸ਼ਨਾਂ ਦੇ ਮੈਂਬਰ ਲਾਏ ਹੋਏ ਨੇ ਆਮ ਮੁੰਡੇ। ਉਹ ਜਿਹੜੇ ਮੁੰਡੇ ਭੁਮੱਕੜ ਸਾਡੇ, ਜਿਹੜੇ ਆਪਦੇ ਪੱਲਿਓਂ ਤੇਲ ਪਵਾ ਕੇ ਮੋਟਰਸਾਈਕਲ 'ਚ ਮੇਰੀ ਗੱਡੀ ਦੇ ਮੂਹਰੇ ਕਾਫਲਾ ਬਣਾਉਂਦੇ ਸੀ, ਜਦੋਂ ਉਹਨਾਂ ਨੂੰ ਕੋਈ ਨਾ ਕੋਈ ਅਹੁਦਾ ਮਿਲਦਾ, ਉਦੋਂ ਆਪਣੇ ਬਾਪੂ ਨੂੰ ਜਾ ਕੇ ਕਹਿੰਦੇ, ਬਾਪੂ ਉਹ ਤੂੰ 50 ਸਾਲ ਅਕਾਲੀ ਦਲ 'ਚ ਲਾ ਤੇ ਤੈਨੂੰ ਪਿੰਡ ਦਾ ਸਰਪੰਚ ਵੀ ਨਹੀਂ ਬਣਾਇਆ। ਆਹ ਫਾਇਦਾ ਇਹਨਾਂ ਨਾਲ ਜਾਣ ਦਾ ਕਿ 2 ਸਾਲ ਹੋਏ ਨੇ ਕੰਮ ਕਰਦੇ ਨੂੰ, ਆਹ ਦੇਖ ਲਓ ਪੰਜਾਬ ਦੇ ਫਲਾਨੇ ਕਮਿਸ਼ਨ ਦਾ ਮੈਂ ਮੈਂਬਰ ਬਣਾ ਤਾ। ਲੋਕਾਂ ਕੋਲ ਆਉਣਗੇ ਅਹੁਦੇ, ਅਲਰਟ ਮੱਥੇ ਲੱਗਦੀ ਹੈ, ਮੈਂ ਝੂਠ ਨਹੀਂ ਬੋਲਦਾ। ਆਉਣ ਵਾਲੇ ਦਿਨਾਂ 'ਚ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਮਿਲਣਗੀਆਂ ਵਲੰਟੀਅਰਾਂ ਨੂੰ, ਸੰਗਠਨ 'ਚ ਵੀ, ਸਰਕਾਰ 'ਚ ਵੀ। ਕਿਉਂ ਬਈ, ਜੇ ਤੁਹਾਡੇ ਕੋਲ ਪੈੱਨ ਹੈਗਾ ਤੁਹਾਨੂੰ ਚਲਾਉਣਾ ਨਹੀਂ ਆਉਂਦਾ? ਤੁਹਾਨੂੰ ਸਾਈਨ ਨਹੀਂ ਕਰਨੇ ਆਉਂਦੇ? ਤੁਹਾਨੂੰ ਭਲਾ ਨਹੀਂ ਕਰਨਾ ਆਉਂਦਾ ਗਰੀਬਾਂ ਦਾ? ਸਭ ਆਉਂਦਾ, ਬਲਕਿ ਤੁਹਾਨੂੰ ਜ਼ਿਆਦਾ ਆਉਂਦਾ। ਜਿਹਨੇ ਆਪਦੇ ਗਰੀਬੀ ਪਿੰਡੇ 'ਤੇ ਹੰਢਾਈ ਹੋਵੇ ਉਹਨੂੰ ਪਤਾ ਹੁੰਦਾ ਗਰੀਬੀ ਕੀ ਹੁੰਦੀ ਹੈ। ਇਸ ਕਰਕੇ ਤੁਹਾਡੇ ਕੋਲ ਆਇਆ ਕਿ ਇਸ ਵਾਰ ਅਰਵਿੰਦ ਕੇਜਰੀਵਾਲ ਸਾਡੇ ਸੁਪਰੀਮੋ ਨੇ ਚੱਕ ਕੇ ਜੇਲ੍ਹ ਦੇ ਅੰਦਰ ਮਾਰੇ, ਕੋਈ ਕੋਈ ਝੂਠਾ ਕੇਸ ਬਣਾ ਕੇ। ਉਹ ਜਿਹਨੇ ਸਕੂਲ ਬਣਾਏ ਮਨੀਸ਼ ਸਿਸੋਦੀਆ, ਚੱਕ ਕੇ ਜੇਲ੍ਹ ਦੇ ਅੰਦਰ ਮਾਰਿਆ। ਉਹ ਜਿਹਨੇ ਹਸਪਤਾਲ ਬਣਾਏ ਸਤਿੰਦਰ ਜੈਨ, ਚੱਕ ਕੇ ਜੇਲ੍ਹ ਦੇ ਅੰਦਰ ਮਾਰਿਆ। ਉਹ ਜਿਹੜਾ ਮੋਦੀ ਦੇ ਖਿਲਾਫ ਰਾਜ ਸਭਾ 'ਚ ਬੋਲਦਾ ਸੀ ਕਿ ਤੂੰ ਰਲਿਆ ਹੋਇਆ ਵੱਡੇ ਵੱਡੇ ਉਦਯੋਗਪਤੀਆਂ ਨਾਲ, ਚੱਕ ਕੇ ਜੇਲ੍ਹ ਦੇ ਅੰਦਰ ਮਾਰਿਆ। ਵੀਰੋ ਗੱਲ ਹੈ ਕੋਈ ਯਾਰ, ਸਾਨੂੰ ਬੋਲਣੇ ਹੀ ਦਿੰਦੇ? ਕੀ ਗੱਲ ਬਈ, ਡੈਮੋਕ੍ਰੇਸੀ ਹੈ, ਸਾਨੂੰ ਬੋਲ ਲੈਣ ਦਿਓ। ਅੱਛਾ, ਇੱਥੋਂ ਪਹਿਲਾਂ ਤੁਸੀਂ MLA ਤਾਂ ਬਣਾ ਲਿਆ ਸੀ, MLA ਤਾਂ ਹੈਗਾ ਸੀ ਤੁਹਾਡਾ, ਪਰ ਉਹ ਕਹਿੰਦਾ ਨਹੀਂ ਮੈਂ ਹੁਣ ਇੱਧਰੋਂ ਨਹੀਂ, ਮੈਂ ਤਾਂ ਉੱਧਰੋਂ ਆਊਂਗਾ, ਮੈਨੂੰ ਉੱਧਰੋਂ ਸੇਵਾ ਦਾ ਮੌਕਾ ਦਿਓ। ਸੇਵਾ ਕਰਨੀ ਹੁੰਦੀ ਤਾਂ ਇੱਧਰੋਂ ਵੀ ਕਰ ਲੈਂਦਾ, ਪਰ ਦੂਜੀ ਸੇਵਾ ਨਹੀਂ ਹੋ ਰਹੀ ਨਾ ਇੱਧਰੋਂ, ਉਹ ਇੱਧਰ ਮੈਂ ਹੋਣ ਨਹੀਂ ਦਿੰਦਾ, ਉਹ ਮੈਂ ਇੱਧਰ ਹੋਣ ਨਹੀਂ ਦਿੰਦਾ, ਕਹਿੰਦਾ ਮੈਂ ਉੱਧਰੋਂ ਆਊਂਗਾ। ਹੁਣ ਐਸੀ ਜ਼ਮਾਨਤ ਜ਼ਬਤ ਕਰਾਇਓ ਪੰਜਾਬ 'ਚ, ਦੁਬਾਰੇ ਕੋਈ ਜ਼ਿੰਦਗੀ 'ਚ ਨਾ ਅਸਤੀਫਾ ਦੇਣ ਦੀ ਕੋਸ਼ਿਸ਼ ਨਾ ਕਰੇ, ਹਿੰਮਤ ਨਾ ਕਰੇ। ਧੰਨਵਾਦ, ਧੰਨਵਾਦ, ਧੰਨਵਾਦ। ਸੋ ਵੀਰੋ, ਮੈਨੂੰ ਇਸੇ ਗੱਲ ਦੀ ਖੁਸ਼ੀ ਹੈ, ਮੈਨੂੰ ਪੱਤਰਕਾਰ ਕਹਿੰਦੇ ਆਪ ਥੱਕਤੇ ਨਹੀਂ ਹੈ, ਆਪਕੋ ਥਕਾਵਟ ਨਹੀਂ ਹੋਤੀ? ਉਹ ਮੈਂ ਕਿਹਾ ਜਦੋਂ 9:30 ਪਰਿਵਾਰਾਂ ਸਮੇਤ, ਬੱਚਿਆਂ ਸਮੇਤ, ਬਜ਼ੁਰਗ ਨੌਜਵਾਨ ਵੀਰ ਸਾਰੇ 9:30 ਤੁਹਾਡਾ ਇੰਤਜ਼ਾਰ ਕਰਦੇ ਹੋਣ ਅਤੇ ਫੁੱਲ ਸੁੱਟਦੇ ਹੋਣ, ਫਿਰ ਕਾਹਦੀਆਂ ਥਕਾਵਟਾਂ? ਇਹ ਥਕਾਵਟਾਂ ਲਾ ਦਿੰਦਾ ਤੁਹਾਡਾ ਪਿਆਰ। ਸੋ ਝਾੜੂ ਆਪਣਾ ਇਹ ਸਫਾਈ ਹੋਈ ਕਰਦਾ, ਆ ਮਾਵਾਂ ਭੈਣਾਂ ਨੂੰ ਤਾਂ ਦੱਸਣ ਦੀ ਲੋੜ ਹੀ ਨਹੀਂ ਆਪਣਾ ਚੋਣ ਛਣ ਕੀ ਹੈ, ਕਿਉਂਕਿ ਇਹ ਤਾਂ ਸਵੇਰੇ ਸਵੇਰੇ 5:30 ਹਨੇਰੇ 'ਚ ਵੀ ਲੱਭ ਲੈਂਦੀਆਂ ਨੇ ਕੀ ਕਿੱਥੇ ਪਿਆ। ਤੁਸੀਂ ਬਹੁਤੇ ਖੁਸ਼ ਨਾ ਹੋ ਜੇ ਲੋੜ ਪੈ ਜੇ, ਇਹੋ ਜਿਹੇ ਵੇਲੇ ਵੀ ਲੱਭ ਲੈਂਦੀਆਂ ਨੇ ਕਿੱਥੇ ਜੇ ਪਿਆ। ਸੋ ਆਪਾਂ ਝਾੜੂ ਨਾਲ ਸਫਾਈ ਕਰਨੀ ਹੈ, ਰਾਜਨੀਤਿਕ ਸਫਾਈ, ਰਾਜਨੀਤਿਕ ਸਫਾਈ ਕਰਨੀ ਹੈ। ਜਿਹੜਾ ਗੰਦ ਪਿਆ ਹੋਇਆ ਆਹ ਸੱਟੇਬਾਜ਼, ਜੂਏਬਾਜ਼, ਫਲਾਨੇਬਾਜ਼, ਧਮਕੇਬਾਜ਼, ਇਹਨਾਂ ਦੀ ਬਜਾਏ ਸਾਊ ਬੰਦਾ, ਨਾਮ ਦਾ ਵੀ ਭਗਤ ਹੈ ਅਤੇ ਕੰਮ ਵੀ ਭਗਤਾਂ ਵਾਲੇ ਹੀ ਨੇ। ਦੋਨੇ ਹੱਥ ਖੜੇ ਕਰਕੇ ਇਨਕਲਾਬ। ਬੜੇ ਪਰਿਵਾਰ ਨੇ ਪਹਿਲਾਂ ਵੀ ਸੇਵਾ ਕੀਤੀ ਹੈ, ਹੁਣ ਵੀ ਕਰੋ। ਸਾਰੀਆਂ ਬਰਾਦਰੀਆਂ ਇਕੱਠੀਆਂ ਹੋ ਗਈਆਂ, ਜਿੱਥੇ ਜਾਂਦੇ ਹਾਂ ਮੈਨੂੰ ਐਂ ਲੱਗਦਾ ਇਹ ਤੋਂ ਵੱਧ ਇਕੱਠ ਤੱਕੀ ਹੋਊ, ਅਗਲਾ ਇਕੱਠ ਉਦੋਂ ਵੱਧ ਰਿਕਾਰਡ ਤੋੜ ਹੁੰਦਾ। ਮੈਂ ਕਹਿੰਦਾ ਇਹ ਤੋਂ ਵੱਧ ਤੱਕੀ ਹੋਊ, ਜਦੋਂ ਅਗਲਾ ਜਾਂਦੇ ਹਾਂ ਉਦੋਂ ਵੱਧ ਹੁੰਦਾ। ਲੋਕ ਬਾਹਰ ਨਿਕਲੇ,
ਇਹ ਲੋਕ ਨੇ ਇਹ ਬੋਲ ਕੇ ਨਹੀਂ ਦੱਸਦੇ ਹੁੰਦੇ, ਇਹ ਤਾਂ ਮਨ ਬਣਾ ਕੇ ਸਿੱਧਾ ਕੰਮ ਕਰਦੇ ਹੈ। ਆ ਮੈਨੂੰ ਕਾਂਗਰਸੀ ਮਿਲਿਆ, ਕਹਿੰਦਾ ਤੁਸੀਂ ਦੇਖਿਓ ਅਸੀਂ 2 ਦਿਨ ਪਹਿਲਾਂ ਝੰਡੇ ਲਾ ਦਿਆਂਗੇ ਘਰਾਂ 'ਤੇ, ਬਹੁਤ ਪੈਸਾ ਖਰਚਦੇ ਹੁੰਦੇ ਹਾਂ ਅਸੀਂ ਹਰੇਕ ਘਰ 'ਤੇ, ਕਹਿੰਦੇ ਕਾਂਗਰਸ ਦਾ ਝੰਡਾ ਲਾ ਦਿਆਂਗੇ। ਫਿਰ ਜੋ ਝੰਡਾ ਲੱਗ ਜੇ ਘਰ 'ਤੇ ਮਾਨ ਸਾਹਿਬ, ਫਿਰ ਸ਼ਰਮੋ ਸ਼ਰਮੀ ਵੋਟ ਪਾਉਣੀ ਪੈਂਦੀ ਹੈ। ਉਹ ਮੈਂ ਕਿਹਾ ਲੋਕਾਂ ਨੂੰ ਕਮਲੇ ਨਾ ਸਮਝੋ, ਅੱਜ ਕੱਲ੍ਹ ਲੋਕ ਇੰਨੇ ਤੇਜ਼ ਨੇ, ਘਰੇ ਝੰਡਾ ਕਿਸੇ ਹੋਰ ਦਾ, ਜੇਬ 'ਤੇ ਝੰਡਾ ਡੰਡਾ ਕਿਸੇ ਹੋਰ ਦਾ, ਸਕੂਟਰ 'ਤੇ ਝੰਡਾ ਕਿਸੇ ਹੋਰ ਦਾ, ਕਾਰ 'ਤੇ ਕਿਸੇ ਹੋਰ ਦਾ, ਰੈਲੀ ਕਿਸੇ ਦੀ 'ਚ ਜਾਂਦੇ ਆ, ਘੋਗਾ ਚਿੱਤ ਕਿਸੇ ਹੋਰ ਦਾ ਹੀ ਕਰ ਦਿੰਦੇ। ਮੈਨੂੰ ਪਤਾ ਲੱਗਿਆ ਕਹਿੰਦੇ ਪੈਸੇ ਦੇਣਗੇ ਕਾਂਗਰਸੀਆਂ ਕੋਲ, ਅਕਾਲੀਆਂ ਕੋਲ, ਬੀਜੇਪੀ ਵਾਲਿਆਂ ਕੋਲ ਪੈਸੇ ਬਹੁਤ ਆ, ਕਹਿੰਦੇ ਪੈਸੇ ਵੰਡਣਗੇ ਅਗਲੇ 2-3 ਦਿਨਾਂ 'ਚ। ਮੈਂ ਤੁਹਾਨੂੰ ਬੇਨਤੀ ਕਰਦਾ 76 ਨੰਬਰ ਵਾਰਡ ਵਾਲਿਓ, ਜੇ ਤੁਹਾਨੂੰ ਪੈਸੇ ਦੇਣਾ ਏ ਮਨਾ ਨਾ ਕਰਿਓ, ਲਕਸ਼ਮੀ ਨਹੀਂ ਮੋੜੀ ਦੀ ਹੁੰਦੀ, ਤੁਹਾਡੇ ਹੀ ਨੇ ਉਹ, ਤੁਹਾਡੇ ਹੀ ਨੇ, ਇਹਨਾਂ ਨੇ ਕਿਹੜਾ ਨਰਮਾ ਵੇਚਿਆ, ਤੁਹਾਡੇ ਹੀ ਪੈਸਾ ਲੁੱਟਿਆ ਹੋਇਆ। ਬਸ ਐਂ ਕਰ ਦਿਓ ਵੀ ਐਂ ਕਰਕੇ ਅਤੇ ਐਂ ਕਰਕੇ ਅਤੇ ਕਹਿ ਦਿਓ ਵੀ ਹਾਂ, ਅਤੇ 10 ਤਰੀਕ ਨੂੰ ਪੋਲਿੰਗ ਬੂਥ 'ਤੇ ਜਾ ਕੇ 5 ਨੰਬਰ ਬਟਨ ਦੱਬ ਕੇ ਝਾੜੂ ਵਾਲਾ ਕਰ ਦਿਓ ਵੀ ਹਾਂ।